ਜਿੱਕਰ ਮੈਂ ਗੱਲ ਕਰਾਂ ਕੈਰੀਅਨ ਚੈਪਟਰ 3 ਦੀ ਬਹੁਤ-ਬਹੁਤ ਮੁਬਾਰਕ ਤੁਹਾਨੂੰ ਤੇ ਤੁਹਾਡੀ ਟੀਮ ਨੂੰ थैंक यू so सो मच ਇਸ 100 ਕਰੋੜ ਕ੍ਰਾਸ ਵੀ ਕਰ ਲਿਆ ਹੈ ਜੀ ਜੀ ਬਿਲਕੁਲ ਸਾਨੂੰ ਵੀ ਉਮੀਦ ਨਹੀਂ ਸੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਸਾਡੇ ਚੋਂ ਸਾਡੇ ਜੋ ਮਤਲਬ 100 ਵਰਡ ਬੋਲਣੀ ਬੋਲਣੀ ਬਹੁਤ ਵੱਡਾ ਗੁਨਾ ਲੱਗਦਾ ਸੀ ਨਹੀਂ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਲੱਗੋਗੀ ਅੱਜ ਵੀ ਇਹ ਬਹੁਤ ਵੱਡੀ ਨਿਊਜ਼ ਹੁੰਦੀ ਹੈ ਬਾਲੀਵੁੱਡ ਦੀ ਜਦੋਂ ਕੋਈ ਫਿਲਮ 100 ਕਰੋੜ ਕਰਦੀ ਹੈ ਕਿ 100 ਹੋ ਗਿਆ ਤਾਂ ਉਹਨਾਂ ਲਈ ਵੀ ਬਹੁਤ ਵੱਡੀ ਗੱਲ ਹੈ ਜਿੰਨਾਂ ਕੋਲ 28 27 28 ਸਟੇਟਸ ਆਪਣੀਆਂ ਹੈਗੀਆਂ ਨਾ ਜਿੰਨਾਂ ਕੋਲ ਇੰਨਾ ਵੱਡਾ ਇਵਨ ਇੰਡੀਆ ਤੋਂ ਬਾਹਰ ਵੀ ਸਾਰੇ ਪੰਜਾਬੀ ਨਹੀਂ ਨਾਨ ਪੰਜਾਬੀ ਲੋਕ ਫਿਲਮ ਫਿਲਮਾਂ ਦੇਖਦੇ ਉਹਨਾਂ ਦੀ ਤਾਂ ਸਾਡੀ ਇੱਕ ਰੀਜਨਲ ਸਿਨੇਮੇ ਦੀ ਇੰਡਸਟਰੀ ਜਿੰਨਾਂ ਕੋਲ ਸਿਰਫ ਇੱਕ ਪੰਜਾਬ ਦਿੱਲੀ ਰਾਜਸਥਾਨ ਹਰਿਆਣਾ ਦੋ ਤਿੰਨ ਸਟੇਟਸ ਹੀ ਹੈ 메ਜਰ ਤਾਂ ਪੰਜਾਬ ਹੀ ਹੈ ਪੰਜਾਬ ਤੇ ਦਿੱਲੀ ਆ ਔਰ ਬਾਕੀ ਸਟੇਟਸ ਚ ਵੀ ਉਹਨਾਂ ਨਹੀਂ ਹੁੰਦਾ ਉਨੀ ਕੀ ਜਗਾ ਚੱਪਾ ਫਿਲਮ ਦਿਖਾ ਕੇ 100 ਕਰੋੜ ਤੱਕ ਪਹੁੰਚਣਾ ਇਹ ਵਾਕਈ ਇਹ ਸਾਡੇ ਪੰਜਾਬੀਆਂ ਦਾ ਪਿਆਰ ਹੈ ਸਾਡੀ ਫਿਲਮ ਨੂੰ ਹਨਾ ਉਹਨਾਂ ਨੇ ਇਹਨੂੰ ਇੰਨਾ ਮੋਹ ਦਿੱਤਾ ਤਾਂ ਅਸੀਂ ਜਿਹੜਾ ਹੈਗਾ ਫਿਗਰ ਜਿਹੜੀ ਅਚੀਵ ਕੀਤੀ ਹੈ ਜਿਵੇਂ ਤੁਸੀਂ ਹਲੇ ਵੱਖ-ਵੱਖ ਸਟੇਟਸ ਦੀ ਗੱਲ ਕੀਤੀ ਤੇ ਪੰਜਾਬੀ ਗਾਣੇ ਮੈਨੂੰ ਲੱਗਦਾ ਹਰ ਸਟੇਟ ਵਿੱਚ ਸੁਣੇ ਜਾਂਦੇ ਨੇ ਪਰ ਹਲੇ ਵੀ ਤੁਹਾਨੂੰ ਲੱਗਦਾ ਕਿ ਪੰਜਾਬੀ ਸਿਨੇਮਾ ਹਰ ਸਟੇਟ ਵਿੱਚ ਐਕਸੈਪਟ ਨਹੀਂ ਕੀਤਾ ਜਾਂਦਾ ਜਾਂ ਨਹੀਂ ਸੁਣਿਆ ਵਿਖਿਆ ਜਾਂਦਾ ਜੀ ਹੋ ਗਿਆ ਸਟਾਰਟ ਹੋਣਾ 100 ਕਰੋੜ ਅੱਜ ਜਿਹੀ ਹੋਇਆ ਤਾਂ ਇਹ ਕੱਲੇ ਪੰਜਾਬ ਦੇ ਦੇਖਣ ਨਾਲ ਤਾਂ ਨਹੀਂ ਹੋਇਆ ਕਿਉਂਕਿ ਪੰਜਾਬ ਨੇ ਬਹੁਤ ਦੇਖੀ ਫਿਲਮ 노 ਡਾਊਟ ਪੰਜਾਬ ਨੇ ਇੰਨੀ ਦੇਖੀ ਕਿ ਅੱਜ ਪੰਜਾਬ ਚ ਬਹੁਤ ਵੱਡਾ ਸਾਨੂੰ ਇਹਦਾ ਜਿਹੜੀ ਹੈ ਅਮਾਉਂਟ ਆਈ ਹੈ ਇਹਦੀ ਜਿਹੜੀ ਕਲੈਕਸ਼ਨ ਦੀ ਬਟ 100 ਕਰੋੜ ਤਾਈ ਪੋਸੀਬਲ ਹੋਇਆ ਕਿ ਪੰਜਾਬ ਤੋਂ ਬਾਹਰ ਦੀਆਂ ਸਟੇਟਸ ਦੇ ਵਿੱਚ ਫਿਲਮ ਬਹੁਤ ਦੇਖੀ ਗਈ ਹੈ ਆਦਰਵਾਇਜ਼ ਇਹ ਪੋਸੀਬਲ ਹੀ ਨਹੀਂ ਹੈ ਅੱਜ ਸਾਡੀ ਮੈਕਸਿਮ ਵੱਡੀ ਹਿੱਟ ਫਿਲਮ ਮੈਕਸਿਮ ਵੱਡੀ ਹਿੱਟ ਵੀ ਪਿਛਲੀ ਸਾਡੀ ਖਰੀ ਜਟਾ 2 ਸੀਗੀ ਜਿਹੜੀ 57.67 ਸੀ ਆਹ ਤੇ ਆ ਕੇ ਖੜ ਗਈ ਸੀਗੀ ਤਾਂ ਅੱਜ ਇਹ ਫਿਲਮ ਉਸ ਤੋਂ ਬਾਅਦ ਕੋਈ ਜਿੰਨੀਆਂ ਫਿਲਮਾਂ ਆਈਆਂ ਉਹ ਇਹਦੇ ਹਾਲੇਤ ਵਾਲੀ ਆ ਕੇ ਖੜੀ ਇਹਦੇ ਮਤਲਬ ਕਰੋੜਾ 2 ਕਰੋੜ ਕਟਾ ਆ ਕੇ ਤਾਂ ਉਹ ਫਿਲਮਾਂ ਆਲਮੋਸਟ ਸਭ ਪੰਜਾਬੀਆਂ ਨੇ ਦੇਖ ਲਈਆਂ ਸੀਗੀਆਂ ਬਟ ਅੱਜ ਇਹ ਫਿਲਮ 100 ਕਰੋੜ ਤਾਂ ਭਗੀ ਅਹਲੇ ਵੀ ਚੱਲੀਆਂ ਨੇ ਉਹ ਤਾਂ ਵਜਿਹਾ ਇਹੀ ਹੈ ਕਿ ਪੰਜਾਬ ਤੋਂ ਬਾਹਰ ਵੀ ਦੇਖੀ ਗਈ ਹੈ ਮੈਂ ਬਿਲਕੁਲ ਉਸੇ ਗੱਲ ਤੇ ਹਾਂ ਕਿ ਪੰਜਾਬੀ ਮਿਊਜ਼ਿਕ ਨੇ ਜਿਵੇਂ ਪੰਜਾਬੀਅਤ ਨੂੰ ਹਰ ਜਗ੍ਹਾ ਪਹੁੰਚਾਇਆ ਤਾਂ ਸਾਡਾ ਪੰਜਾਬੀ ਸਿਨੇਮਾ ਵੀ ਹੁਣ ਹਰ ਜਗ੍ਹਾ ਪੰਜਾਬੀ ਲੈਂਗੁਏਜ ਨੂੰ ਫੈਲਾਏਗਾ ਸੋ ਡ੍ਰੀਮ ਗਰਲ ਕਰਕੇ ਤੁਸੀਂ ਫਿਰ ਚਰਚਾ ਵਿੱਚ ਹੋ ਬਿਕਾਜ਼ ਡ੍ਰੀਮ ਗਰਲ ਟੂ ਦਾ ਲੀਗਲ ਨੋਟਿਸ ਵੀ ਤੁਸੀਂ ਸੈਂਡ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਨੂੰ ਜੋ ਕ੍ਰੈਡਿਟ ਮਿਲਣਾ ਚਾਹੀਦਾ ਸੀ ਨਹੀਂ ਮਿਲਿਆ ਉਹਨੂੰ ਲੈ ਕੇ ਅੱਜ ਅਸੀਂ ਕੋਰਟ 'ਚ ਗਏ ਹਾਂ ਕੱਲ ਸਾਡਾ ਫਰਸਟ ਸ਼ੇਰੀਂਗ ਸੀ ਅੱਜ ਸੈਕੰਡ ਹੈ ਤੇ ਕੋਰਟ ਤਾਂ ਕਿਵੇਂ ਸਲੋਂਡੋਦੀ ਮੇ ਵੀੜ ਚੈਗਾ ਉਸ ਤੋਂ ਜ਼ਿਆਦਾ ਹੱਲ ਮੈਂ ਕੁਝ ਬੁੱਧ ਨਹੀਂ ਪਾਉਂਗਾ ਇਹਦੇ ਬਾਰੇ ਤੇ ਕੋਈ ਸਪੋਰਟ ਮਿਲਿਆ ਵੈਸੇ ਤੁਹਾਨੂੰ ਲੀਗਲ ਨੋਟਿਸ ਸੈਂਡ ਕਰਨ ਤੋਂ ਬਾਅਦ ਟੀਮ ਜੀ ਬਿਲਕੁਲ ਮੈਨੂੰ ਬਾਲਾਜੀ ਵੱਲੋਂ ਕਾਫੀ ਸਪੋਰਟਿਵ ਇੱਕ ਸਾਨੂੰ ਰਿਪਲਾਈ ਆਇਆ ਉਹਨਾਂ ਨੇ ਮੇਰਾ ਕ੍ਰੈਡਿਟਸ ਉਹਨਾਂ ਨੇ ਜਦੋਂ ਸਾਰਾ ਮਸਲਾ ਪਤਾ ਲੱਗਿਆ ਤੇ ਉਹਨਾਂ ਨੂੰ ਲੱਗਿਆ ਕਿ ਹਾਂ ਨਰੇਸ਼ ਇਨੋਸੈਂਟ ਹੈ ਤਾਂ ਇਹਦਾ ਕੋਈ ਫਾਲਟ ਨਹੀਂ ਹੈਗਾ ਉਹਨਾਂ ਨੇ ਕਰੈਕਸ਼ਨਸ ਕੀਤੀਆਂ ਉਹਨਾਂ ਨੇ YouTube ਦੀ ਲਾਸਟ ਡਿਸਕ੍ਰਿਪਸ਼ਨ ਦੇ ਵਿੱਚ ਅ ਲਿਖਿਆ ਸਟੋਰੀ ਸਕ੍ਰੀਨ ਲਈ ਨਰੇਸ਼ ਕਥੋੜੀਆ ਰਾਸ਼ੰਡਿਲੇ YouTube ਦੇ ਵਿੱਚ ਜਿਹੜਾ ਇੱਕ ਪਾਇਆ ਹੋਇਆ ਰਿਟਨ ਐਂਡ ਡਾਇਰੈਕਟਡ ਬਾਈ ਰਾਸ਼ੰਡਿਲੇ ਮੈਨੂੰ ਉਸ ਤੋਂ ਆਬਜੈਕਸ਼ਨ ਹੈ ਕਿ ਉਹ ਨਹੀਂ ਪਾ ਸਕਦਾ ਕਿ ਉਹ ਸੋਲੋ ਰਾਈਟਰ ਨਹੀਂ ਹੈਗਾ ਉਹ ਉਹ ਤਾਂ ਹੀ ਪਾ ਸਕਦਾ ਤੁਸੀਂ ਜੇ ਤੁਸੀਂ ਇਕੱਲੇ ਲਿਖੀ ਹੋਈ ਫਿਲਮ ਤਾਂ ਉਹ ਪਾ ਕੇ ਤੁਸੀਂ ਲੋਕਾਂ ਨੂੰ ਐਕਲੀਮ ਕਰ ਰਹੇ ਹੋ ਕਿ ਆਈ ਐਮ ਦਾ ਸੋਲੋ ਰਾਈਟਰ ਆਫ ਦਿਸ ਫਿਲਮ ਉਹ ਨਹੀਂ ਪਾ ਸਕਦਾ ਤੇ ਉਹਦੇ ਲਈ ਅਸੀਂ ਕੋਰਟ ਦੇ ਵਿੱਚ ਗਏ ਹੈ ਤੇ ਅੱਜ ਹੁਣ ਅਸੀਂ ਕੋਰਟ ਦੇ ਜੋ ਵੀ ਫੈਸਲਾ ਆਏਗਾ ਉਹਦੀ ਵੇਟ ਚ ਹੈਗੇ ਜੀ ਤੇ ਉਮੀਦ ਹੈ ਫੈਸਲਾ ਹੱਕ ਵਿੱਚ ਆਊਗਾ ਬਿਲਕੁਲ ਬਹੁਤ ਬਿਲਕੁਲ ਉਮੀਦ ਹੈ ਜੀ ਕਿਉਂਕਿ ਮੇਰੇ ਸਾਰੇ ਡਾਕੂਮੈਂਟੇਸ਼ਨ ਠੀਕ ਹੈ ਮੈ ਜੀ ਮੇਰੇ ਜਿੰਨੇ ਲੀਗਲ ਜੋ ਮੇਰੇ ਕੋਲ ਆਪਣਾ ਐਗਰੀਮੈਂਟ ਹੈ ਸਭ ਕੁਝ ਹੈਗਾ ਮੇਰੇ ਕੋਲ ਆਪ ਹੈਗਾ ਜੀ ਤੇ ਮੈਂ ਹੁਣ ਫਿਲਮਾਂ ਦੀ ਗੱਲ ਕਰਾਂ ਤੁਸੀਂ ਫਿਲਮਾਂ ਲਿਖਦੇ ਹੋ ਰਾਈਟ ਤੇ ਮੈਂ ਪਹਿਲਾਂ ਵੀ ਇਹੀ ਪੁੱਛਿਆ ਸੀ ਤੁਹਾਨੂੰ ਕਿ ਜਿਹੜੀਆਂ ਹੁਣ ਫਿਲਮਾਂ ਆ ਰਹੀਆਂ ਐ ਐਕਸ਼ਨ ਥ੍ਰਿਲਰ ਸਸਪੈਂਸ ਰਿਲੇਟਿਡ ਫਿਲਮਾਂ ਨੇ ਤੇ ਇੱਕ ਤਰਫ ਕੈਰੀ ਓਨ ਜੱਟਾ ਦਾ ਅਲੱਗ ਹੀ ਰਿਕਾਰਡ ਬਣਿਆ ਐ ਤੇ ਮੈਨੂੰ ਲੱਗਦਾ ਬਾਕੀ ਪਾਰਟਸ ਵੀ ਇੱਕ ਅਲੱਗ ਹੀ ਰਿਕਾਰਡ ਮੇਬੀ ਬਣਾ ਸਕਦੇ ਕਿਉਂਕਿ 100 ਕਰੋੜ ਪਾਰ ਕਰ ਚੁੱਕੀ ਐ ਤੇ ਇੱਕ ਤਰਫ ਕਾਮੇਡੀ ਵੀ ਚੱਲਦੀ ਪਈ ਐ ਤੇ ਬਾਕੀ ਜਨਰਸ ਵੀ ਚੱਲਦੇ ਪਏ ਆ ਤੁਸੀਂ ਆਉਣ ਵਾਲੇ ਟਾਈਮ ਵਿੱਚ ਹੋਰ ਕਿਹੜਾ ਜਨਰਾਂ ਪ੍ਰੇਫਰ ਕਰੋਗੇ ਲਿਖਣਾ ਚਾਹੋਗੇ ਜਾਂ ਲਿਖ ਰਹੇ ਹੋ ਮੇਬੀ ਅ ਦੇਖੋ ਮੈਨੂੰ ਕਿਉਂਕਿ ਮੇਰੇ ਕਾਮੇਡੀ ਮੇਰੀ ਰਗਾਂ 'ਚ ਵਸੀ ਹੋਈ ਹੈ ਤਾਂ ਮੈਂ ਉਦੋਂ ਚੋਂ ਬਾਹਰ ਆ ਹੀ ਨਹੀਂ ਪੰਦਾ ਬਟ ਮੈਂ ਮੇਰੀ ਹੁਣ ਕੋਸ਼ਿਸ਼ ਹੁੰਦੀ ਹੈ ਮੈਂ ਸਿਰਫ ਕਾਮੇਡੀ ਨਾ ਕਰਾਂ ਮੈਂ ਬਹੁਤ ਵੱਡਾ ਫੈਨ ਦਾ ਰਾਜੂ ਰਾਨੀ ਜੀ ਦਾ ਮੁੰਨਾ ਭਾਈ ਐਮਬੀਬੀਐਸ 3 ਡੀ ਡੀਟਸ ਤੇ ਪ੍ਰਿਆ ਦਰਸ਼ਨ ਜੀ ਦਾ ਤਾਂ ਮੈਨੂੰ ਹੁੰਦਾ ਕਿ ਮੈਂ ਹੁਣ ਮੈਂ ਜੀ ਕਾਮੇਡੀ ਕਰਾਂ ਤਾਂ ਉਹਦੇ ਨਾਲ ਇੱਕ ਇੱਕ ਕੋਈ ਸੋਸ਼ਲ ਮੈਸੇਜ ਹੋਵੇ ਅਸੀਂ ਵੇਖ ਵਰਤਾਂ ਚੱਕੀ ਉਹ ਇੱਕ ਸੋਸ਼ਲ ਮੈਸੇਜ ਸੀਗਾ ਕਿ ਵੈਮਾ ਵਰਮਾ ਚ ਨਹੀਂ ਪਹਿਣਾ ਚਾਹੀਦਾ ਨਾ ਤਾਂ ਉਸ ਤੋਂ ਬਾਅਦ ਉਹੜਾ ਜਿਹੜਾ ਚੱਕੀ ਕਾਮੇਡੀ ਸੀ ਬਟ ਇੱਕ ਮੈਸੇਜ ਸੀਗਾ ਆਫਟਰ 뎃 ਤਿਤਲੀਆਂ ਬਹੁ ਬਟ ਇੱਕ ਮੈਸੇਜ ਸੀਗਾ ਰਿਸ਼ਤੇ ਨੂੰ ਲੈ ਕੇ ਜੋ ਹੋ ਰਿਹਾ ਹੈ ਹਨੀਮੂਨ ਕਾਮੇਡੀ ਸੀਗੀ ਬਟ ਇੱਕ ਮੈਸੇਜ ਸੀਗਾ ਆਫਟਰ दैट ਹੁਣ ਜਿਹੜੀ ਨੈਕਸਟ ਫਿਲਮ ਹੈ ਗੱਡੀ ਜਾਂਦੀ ਹੈ ਛਲੰਗਾ ਮਾਰਦੀ ਵਿਦ ਮੈਸੇਜ ਫੁੱਲ ਕਾਮੇਡੀ ਲੇਕਿਨ ਬਹੁਤ ਵੱਡੇ ਮੈਸੇਜ ਦੇ ਨਾਲ ਸ਼ਿੰਦਾ ਸ਼ਿੰਦਾ ਨੋ ਪਾਪਾ ਬਿਲਕੁਲੀ ਡਿਫਰੈਂਟ ਇਸ਼ੂ ਹੈ ਜੋ ਮਤਲਬ ਲੱਗਦਾ ਕਿਸੇ ਨੇ ਸੋਚਿਆ ਵੀ ਹੋਣਾ ਹੋਇਆ ਇਸ਼ੂ ਉਹਨੂੰ ਚੱਕ ਕੇ ਅਸੀਂ ਬਹੁਤ ਜ਼ਿਆਦਾ ਹਸ ਹਸਾ ਪਾਗਲ ਹੋ ਹਸਸ ਪਾਗਲ ਹੋ ਜੂਗੇ ਬਟ ਨਾਲ ਇੱਕ ਮੈਸੇਜ ਚੱਲਦਾ ਹੈ ਉਸ ਫਿਲਮ ਦੇ ਵਿੱਚ ਕਿ ਇਹ ਚੀਜ਼ ਸਾਡੀ ਸੋਸਾਇਟੀ ਚ ਹੈਗੀ ਨਹੀਂ ਹੋਣੀ ਚਾਹੀਦੀ ਤਾਂ ਹਾਂ ਕਾਮੇਡੀ ਨਹੀਂ ਛੱਡੂੰਗਾ ਬਟ ਹਾਂ ਮੈਸੇਜ ਦੀਆਂ ਫਿਲਮਾਂ ਨਾਲ ਲੱਗੇ ਆਉਣੀਆਂ ਸਟਾਰਟ ਕੀਤੀਆਂ ਹੁਣ ਪਿਛਲੇ 4-5 ਸਾਲ ਤੋਂ ਜੀ